यार भैया ना पता कि इनके पास इतने पैसे नहीं है, आप ना ऐसे करो एक छोटी सी वीडियो बना के उसकी डाल दो, फिर हम इधर घर बार थोड़ा सा करके भेज देंगे। आपको मैंने एक फोटो भेज दिया जो भेजना था, इसके बाद कुछ भी नहीं है। अगर जिंदगी इसका चाहते हो तो जैसा आपको बोला गया आप मेरी बात को फॉलो करके इसका जिंदगी बचा ले, अगर नहीं बचाना चाहते तो फिर भाई वो आपकी मर्जी है, ठीक है। नहीं नहीं भैया एक वीडियो बना के डाल दो ना, या उससे एक वॉइस जी पैसे डालने किस किस अकाउंट में है वो नंबर आपको व्हाट्सएप पे भेजा जाएगा। मेरी बात सुन लीजिए, मैं भी पंजाबी आप भी पंजाबी, वाहेगुरु की कसम उठाकर बोलता हूँ मेरे भाई, अगर आप लोग इसका जिंदगी चाहते हैं जैसा आपको बोल रहे हैं पैसा कर ले, वरना हम इसको आगे बेच देंगे, जो हमने पैसा लेना है वो किसी और से भी ले लेंगे, ठीक है। उसके भैया चलो हम आपकी बात मानते हैं, लेकिन एक बार उसकी लेटेस्ट फोटो डाल दोगे, ये फोटो तो इसकी पहली वाली ना। कुछ भी नहीं कर सकता, कुछ भी नहीं कर सकता, मैंने आपको फोटो उसका एक व्हाट्सएप पे भेज दिया जो भेजना था, इसके बाद अभी वो रूम में है, ठीक है। उसको अभी खाना दिया, अगर इसके बाद आप लोग, मैं सिर्फ आप लोगों के पास यही कोई 30-40 मिनट का टाइम है, 30-40 मिनट में आप लोग डाल सकते हो, ठीक है, वरना इसको मैं आगे बेच दूंगा। अभी इसको मैं खाना भी दे रहा हूँ, अगर जिसको बेचूंगा वो पत्र इसको पानी भी देंगे, खाना भी देंगे या नहीं देंगे। चलो चलो भैया ना अकाउंट भेजो, अकाउंट नंबर गूगल पे फोन पे पेटीएम पे जमा करने में कितना टाइम लगेगा? नहीं इधर ना हमें इसको हमें इतना पता नहीं है, हमें बैंक में जाकर दे देंगे। कौन सा बैंक है वो? इधर भैया हमारे पास है HDFC बैंक है। HDFC बैंक है? हाँ जी हाँ जी। कितना टाइम लगता है बैंक के सामने पहुँचने में? भैया 30 मिनट लगते हैं। आप 10 मिनट में पहुँच कर मुझे कॉल करो, 20 मिनट मैं नहीं जानता, ठीक है। आप जल्दी से 10 मिनट में बैंक से बाहर खड़ा के मुझे कॉल करो, मुझे बोलो सर मैं बैंक से बाहर खड़ा हूँ, मुझे नंबर दो जिस नंबर के ऊपर सेंड करना है, वहाँ पे आपको नंबर सेंड किया जाएगा, ठीक है। भैया इसी नंबर पे भेज देना अभी। हाँ नंबर आपको व्हाट्सएप कर देता हूँ, बैंक के सामने पहुँच कर कॉल करना है। HDFC बैंक है? हाँ जी हाँ जी। चले पहुँच कर जल्दी से कॉल करो, ठीक है। ਤਦਾਜ਼ੇ ਕੇ ਵੱਡੀ ਖਬਰ ਆਈ ਹੈ ਜਿੱਥੇ ਗੁਜਰਾਤ ਦੇ ਵਿੱਚ ਕੰਮ ਕਰ ਰਹੇ ਪੰਜਾਬੀ ਮੁੰਡੇ ਨੂੰ ਕਿਡਨੈਪ ਕਰ ਲਿਆ ਤੇ ਫੋਨ ਕਰਕੇ ਕਿਡਨੈਪਰ ਨੇ ਪਰਿਵਾਰ ਤੋਂ ਪੈਸੇ ਮੰਗੇ ਨੇ ਤੇ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਉਸ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਇਸ ਸੰਬੰਧੀ ਉਸ ਵੱਲੋਂ ਖਾਤਾ ਨੰਬਰ ਵੀ ਉਹਨਾਂ ਨੂੰ ਵਟਸਐਪ ਕਰ ਦਿੱਤਾ ਗਿਆ। ਤਦਾਜ਼ੇ ਕੇ ਪੂਰਾ ਮਾਮਲਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਜਿੱਥੇ 24 ਸਾਲਾ ਨੌਜਵਾਨ ਜੋਵਨਪ੍ਰੀਤ ਸਿੰਘ ਜੋ ਕਿ ਪਿਛਲੇ 3 ਸਾਲਾਂ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ। ਤਾਂ ਦੱਸਦੇ ਕਿ ਇਸ ਸੰਬੰਧੀ ਜੋਵਨਪ੍ਰੀਤ ਦੀ ਮਾਤਾ ਨੇ ਦੱਸਿਆ ਕਿ 19 ਜਨਵਰੀ ਨੂੰ ਉਹਨਾਂ ਦੇ ਬੇਟੇ ਨਾਲ ਉਹਨਾਂ ਦੀ ਆਖਰੀ ਗੱਲਬਾਤ ਹੋਈ ਸੀ ਤੇ ਉਹਨਾਂ ਕਿਹਾ ਕਿ 2-3 ਦਿਨ ਬੀਤ ਜਾਣ ਤੋਂ ਬਾਅਦ ਵੀ ਜੋਵਨ ਦਾ ਕੋਈ ਵੀ ਫੋਨ ਨਹੀਂ ਆਇਆ। ਇਧਰੋਂ ਜਦੋਂ ਉਹਨਾਂ ਨੇ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਫੋਨ ਬੰਦ ਹੋਣ ਲੱਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਡਰ ਸਤਾਉਣ ਲੱਗਿਆ ਅਤੇ ਫਿਰ ਉਹਨਾਂ ਨੇ ਆਪਣੀ ਧੀ ਅਤੇ ਜਵਾਈ ਨੂੰ ਉਸਦਾ ਪਤਾ ਲੈਣ ਦੇ ਲਈ ਸੂਰਤ ਭੇਜਿਆ ਅਤੇ ਜਦ ਕੰਪਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕੰਪਨੀ ਵੱਲੋਂ ਵੀ ਟਾਲ ਮਟੋਲਾ ਕਰਕੇ ਕਹਿ ਦਿੱਤਾ ਗਿਆ ਕਿ ਉਹ ਆਪਣਾ ਬੈਗ ਲੈ ਕੇ ਇੱਥੋਂ ਚਲਾ ਗਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਗੁਜਰਾਤ ਦੇ ਪੁਲਿਸ ਸਟੇਸ਼ਨ ਦੇ ਵਿੱਚ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਲਗਾ ਦਿੱਤੀ ਅਤੇ ਬੀਤੀ 28 ਜਨਵਰੀ ਨੂੰ ਉਹਨਾਂ ਦੇ ਫੋਨ ਤੇ ਵਟਸਐਪ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਲ ਕੀਤੀ ਗਈ ਤੇ ਉਸਨੇ ਦੱਸਿਆ ਕਿ ਉਹ ਉਸਦੇ ਪੁੱਤਰ ਨੂੰ ਛੱਡ ਦੇਣਗੇ, ਪਹਿਲਾਂ ਉਹਨਾਂ ਨੂੰ ਪੈਸੇ ਚਾਹੀਦੇ ਨੇ, ਤਾਂ ਇਹ ਵਟਸਐਪ ਕਾਲ ਰਾਹੀਂ ਉਹਨਾਂ ਤੋਂ ਪੈਸੇ ਮੰਗੇ ਗਏ ਨੇ ਕਿ ਉਹਨਾਂ ਦਾ ਮੁੰਡਾ ਉਹਨਾਂ ਦੇ ਕੋਲ ਹੈ, ਜੇਕਰ ਉਹ ਪੈਸੇ ਨਹੀਂ ਦੇਣਗੇ ਤਾਂ ਉਸ ਸ਼ਖਸ ਨੂੰ ਜਾਨ ਤੋਂ ਮਾਰ ਦੇਣਗੇ। ਉਹਨਾਂ ਦੱਸਿਆ ਕਿ ਇਸ ਸੰਬੰਧੀ SSP ਬਟਾਲਾ ਨੂੰ ਲਿਖਤੀ ਦਰਖਾਸਤ ਵੀ ਪਾਈ ਹੈ ਤੇ ਇਸ ਮੌਕੇ ਪਿੰਡ ਵਾਸੀਆਂ ਤੇ ਪੀੜਿਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤਰ ਦੀ ਭਾਲ ਕਰਕੇ ਸਹੀ
ਸਲਾਮਤ ਘਰ ਤੱਕ ਪਹੁੰਚਾਇਆ ਜਾਵੇ। ਤਿੰਨ ਸਾਲ ਤੋਂ ਗੁਜਰਾਤ ਚ ਕੰਮ ਕਰਦਾ, 19 ਜਨਵਰੀ ਨੂੰ ਹਰ ਰੋਜ ਫੋਨ ਕਰਦਾ ਸੀ। 19 ਜਨਵਰੀ ਤੋਂ ਲਾਸਟ ਮੇਰੀ ਗੱਲ ਹੋਈ ਹੈ, ਬਾਅਦ ਵਿੱਚ ਗੱਲ ਨਹੀਂ ਹੋਈ, ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ ਰਾਜੀਵ ਬਾਜੀ ਠੀਕ ਠਾਕ, ਬਾਅਦ ਚ ਗੱਲ ਨਹੀਂ ਹੋਈ। ਫਿਰ ਉਸ ਤੋਂ ਬਾਅਦ 20 ਤਰੀਕ ਤੇ ਦੇਖਦੇ ਨਹੀਂ ਕੋਲ ਆਈ, ਇੱਕ ਦੋ ਦਿਨ ਨਹੀਂ ਆਈਆਂ ਉਹਦੇ ਕੋਲ, ਮੋਬਾਇਲ ਹੀ ਬੰਦ ਹੋ ਗਿਆ ਕਰਦੀ ਰਹੀ। ਫਿਰ ਮੈਂ ਆਸੇ ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ, ਫਿਰ ਇਹਨਾਂ ਨੇ ਉਹ ਕੰਪਨੀ ਚ ਪਤਾ ਕੀਤਾ, ਉਹਨਾਂ ਕੰਪਨੀ ਵਾਲੇ ਆਖਿਆ ਇੱਥੋਂ ਚਲ ਗਿਆ। ਫਿਰ ਉਹਦੇ ਭੈਣ ਭਰਵਈਆ ਉੱਥੇ ਵੀ ਗਏ ਨੇ, ਪਰ ਸੁਣਵਾਈ ਨਹੀਂ ਹੋ ਰਹੀ। ਗੁਜਰਾਤ ਸਰਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ, ਨਾ ਹੀ ਭਾਰਤ ਸਰਕਾਰ। ਹਾਂਜੀ ਕੀਤੀ, ਉੱਧਰ ਵੀ ਕੀਤੀ, ਇੱਧਰ ਆਪਣੇ ਵੀ ਥਾਣੇ ਚ ਗਏ, ਇੱਧਰ ਵੀ ਨੀ ਸੁਣਵਾਈ ਹੋਈ, ਉੱਧਰ ਵੀ ਨੀ ਕੋਈ ਕਾਰਵਾਈ ਹੋ ਰਹੀ ਗੁਜਰਾਤ ਚ। ਬਾਅਦ ਚ ਤੁਹਾਨੂੰ 28 ਤਰੀਕ ਤੇ ਫੜੋਤੀ ਦੀ ਕਾਲ ਆਈ ਹੈ, ਉਹ ਮੰਗ ਕਰਦੇ ਨੇ ਪੈਸਾ ਦੇ ਦੋ ਤੇ ਅਸੀਂ ਤੁਹਾਡਾ ਬੱਚਾ ਛੱਡ ਦਾਂਗੇ। ਫਿਰ ਅਸੀਂ ਥਾਣੇ ਚ ਵੀ ਗਏ ਹਾਂ, SSP ਨੂੰ ਵੀ ਕਾਲ ਦੇ ਕੇ ਆਏ ਹਾਂ, ਤੇ ਜੇ ਅਸੀਂ ਆਉਂਦੇ ਰਹੇ ਹਾਂ ਸਾਡਾ ਬੱਚਾ ਦਿਖਾ ਦਿਓ ਚਾਹੇ ਗੱਲ ਕਰਾ ਦਿਓ, ਅਸੀਂ ਦੇ ਦਾਂਗੇ ਪੈਸੇ। ਉਹ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਛੇਤੀ ਬੱਚੇ ਦੀ ਦੇਖਭਾਲ ਕਰਕੇ ਤੇ ਬੱਚਾ ਜੋ ਵੀ ਪਤਾ ਕੀਤਾ ਜਾਏ। ਕਿੰਨੀ ਉਮਰ ਸੀ ਬੇਟੇ? 24 ਸਾਲ। ਕੁਵਾਰਾ ਜੀ। ਸਾਡਾ ਪਿੰਡ ਸ਼ਿਕਾਰ ਮਾਸੀਆਂ ਜੀ, ਮੇਰੇ ਪਿੰਡ ਦਾ ਬੱਚਾ ਹੈ ਜੋਬਨਜੀਤ ਸਿੰਘ, ਇਹ ਗੁਜਰਾਤ ਵਿੱਚ ਨਾ ਪ੍ਰਾਈਵੇਟ ਨਿੱਜੀ ਕੰਪਨੀ 'ਚ ਕੰਮ ਕਰਦਾ, ਮੇਰੇ ਖਿਆਲ ਅਲਰਟ ਕੰਪਨੀ ਆ, ਅਤੇ 3 ਕੁ ਸਾਲ ਤੋਂ ਕੰਮ ਕਰਦਾ ਸੀ। ਅਤੇ ਸਾਨੂੰ ਤਾਂ ਪਤਾ ਲੱਗਿਆ, ਦੱਸਿਆ 19 ਤਰੀਕ ਤੋਂ, ਕਹਿੰਦੇ ਵੀ ਕਾਲ ਆਈ ਹੈ ਅਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ। ਚਲੋ ਅਸੀਂ ਇਹਨਾਂ ਦਾ ਲਾਗੇ ਜਾ ਕੇ ਥਾਣੇ ਗੱਲ ਕੀਤੀ, ਥਾਣੇ ਵਾਲੇ ਕਹਿੰਦੇ ਮਕੂਬਾ ਨਹੀਂ ਬਣਦਾ ਇੱਥੇ, ਇਹ ਤਾਂ ਗੁਜਰਾਤ ਦਾ ਮਤਲਬ ਮਕੂਬਾ ਹੈ। 2-4 ਦਿਨ ਲੰਘੇ, ਅਸੀਂ ਭੱਜ ਨੱਸ ਕਰਦੇ ਰਹੇ ਕਿਸੇ ਤਰੀਕੇ ਨਾਲ। ਇੱਕ ਸਾਨੂੰ ਫਿਰ ਇਹਨੂੰ ਭੈਣ ਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ, ਜਿਹੜੀ ਫਰੋਤੀ ਮੰਗਦੇ ਪਏ ਨੇ ਵੀ ਸਾਨੂੰ ਪੈਸੇ ਦੇ ਦਿਓ, ਤੁਹਾਡਾ ਬੱਚਾ ਛੱਡ ਦੇਵਾਂਗੇ। ਉਹ ਵਟਸਐਪ ਨੰਬਰ ਹੈ 6387-5102-02, ਦੀਪਕ ਨਾਮ ਦਾ ਅਸੀਂ ਉਹ ਕੱਢਿਆ ਵਾ ਸਰਚ ਮਾਰ ਕੇ, ਇਹ ਵਟਸਐਪ 'ਤੇ ਕਾਲ ਹੈ। ਫਿਰ ਅਸੀਂ ਜਾ ਕੇ SSP ਦੇ ਦਫ਼ਤਰ ਅਸੀਂ ਇਹ ਦਰਖਾਸਤ ਦਿੱਤੀ ਹੈ, ਅਤੇ ਇਹੀ ਕਿਹਾ ਵੀ ਸਾਡੇ ਬੱਚੇ ਦੀ ਜਾਨੀ ਨੁਕਸਾਨ ਨਾ ਹੋ ਜਾਵੇ ਕਿਤੇ। ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਅਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਭਾਲ ਕੀਤੀ ਜਾਵੇ, ਤਾਂ ਕਿ ਇਸ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਬੱਚਾ ਸਾਡਾ ਠੀਕ ਠਾਕ ਹੈ। ਇਹ ਪਰਿਵਾਰ ਬੜਾ ਹੀ ਮਤਲਬ ਇਸ ਵਕਤ ਸੋਗ ਵਿੱਚ ਹੈ, ਇਹੋ ਜਿਹੀ ਘਟਨਾ ਦੂਰ ਦੁਰਾਡੇ ਹੋਈ ਹੈ ਅਤੇ ਬੜਾ ਮੁਸ਼ਕਲ ਹੈ। ਪਿਤਾ ਸਿਰ 'ਤੇ ਨਹੀਂ ਹੈ ਅਤੇ ਇਕੱਲੀ ਹੈ, ਇੱਕ ਬੇਟਾ ਉਹਨਾਂ ਦਾ ਬਾਹਰ ਹੈ, ਅਤੇ ਮਾਤਾ ਵਾਸਤੇ ਬੜਾ ਔਖਾ ਸਮਾਂ ਹੈ। 19 ਤਰੀਕ ਤੋਂ ਲੈ ਕੇ ਹੁਣ ਤੱਕ ਹਾਂਜੀ ਹਾਂਜੀ ਵਟਸਐਪ ਰਿਕਾਰਡਿੰਗ ਹੈ, ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ। ਮੰਗ ਇਹ ਹੈ ਵੀ ਗੁਜਰਾਤ ਦੇ ਮੁੱਖ ਮੰਤਰੀ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਆਪਸੀ ਗੱਲ ਕਰਕੇ ਅਤੇ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਅਤੇ ਸਾਡੇ ਤੱਕ ਪਹੁੰਚਾਇਆ ਜਾਵੇ। ਉਹ ਯਤਨ ਤਾਂ ਕਰ ਰਹੇ ਨੇ, ਕੁਝ ਉਹਨਾਂ ਨੇ ਉੱਥੇ ਪਤਾ ਲੱਗਿਆ ਸਾਡੇ ਇਹਨਾਂ ਦੇ ਬੇਟੀ ਅਤੇ ਇਹਨਾਂ ਦਾ ਜਵਾਈ ਗਏ ਆ,
ਤੇ ਈਸਾਪੁਰ ਥਾਣਾ ਹੈ, ਤੇ ਫਿਰ ਦੱਸਿਆ ਵੀ ਕੁਸੰਬਾ ਵੀ ਥਾਣਾ, ਥੋੜਾ ਜਿਹਾ ਉਹਨਾਂ ਨੇ ਭਾਲ ਤੇ ਕੀਤੀ ਹੈ ਤੇ ਯਤਨ ਕਰਨ ਜਲਦੀ, ਇਹ ਸਾਡੀ ਮੰਗ ਹੈ।